ਹੈਲੋ एवरीवन वेलकम बैक टू माय YouTube ਚੈਨਲ ਤੁਸੀਂ ਦੇਖ ਰਹੇ ਆ ਸੁਖਮਨ ਕੌਰ ਨਰਸਿੰਗ ਕਲਾਸਿਸ ਚੈਨਲ ਜਿਸ ਦੇ ਵਿੱਚ ਅੱਜ ਆਪਾਂ ਟੌਪਿਕ ਕਰਾਂਗੇ ਰਾਈਟਸ ਐਂਡ ਰਿਸਪੌਂਸਿਬਿਲਟੀਜ਼ ਆਫ ਦਾ ਇੰਡੀਵਿਜੂਅਲ ਇਨ ਅ ਡੈਮੋਕਰੈਟਿਕ ਸੋਸਾਇਟੀ ਠੀਕ ਹੈ ਫੰਡਾਮੈਂਟਲ ਰਾਈਟਸ ਜੋ ਆਪਣਾ ਅੱਜ ਦਾ ਟੌਪਿਕ ਹੈਗਾ ਸੋ ਇਹ ਵਾਲਾ ਬਿਹੇਵੀਅਰ ਸਾਇੰਸ ਠੀਕ ਹੈ ਜੀ ਐਨ ਐਮ ਫਰਸਟ ইয়ার ਦਾ ਬਿਹੇਵੀਅਰ ਸਾਇੰਸ ਦਾ ਟੌਪਿਕ ਹੈਗਾ ਆ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਜੇਕਰ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਐਂਡ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਮੇਰੇ ਹਰ ਇੱਕ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਸਕੇ ਸੋ ਆਪਣਾ ਟੌਪਿਕ ਸਟਾਰਟ ਕਰਦੇ ਹਾਂ ਫੰਡਮੈਂਟਲ ਰਾਈਟਸ ਸਭ ਤੋਂ ਪਹਿਲਾਂ ਛੋਟੀ ਜੀ ਡੈਫੀਨੇਸ਼ਨ ਹੈਗੀ ਇੰਟਰੋਡਕਸ਼ਨ ਆ rights act as a safeguard against abuse abuse ਦਾ ਹੁੰਦਾ ਕੋਈ ਗਲਤ ਯੂਜ਼ ਕਰਨਾ ਕਿਸੇ ਚੀਜ਼ ਦਾ rights ਕੀ ਹੈਗੇ ਆ ਕਿਦਾਂ ਐਕਟ ਕਰਦੇ ਆ ਗਾਰਡ ਦੀ ਤਰ੍ਹਾਂ ਸੇਫਗਾਰਡ ਦੀ ਤਰ੍ਹਾਂ ਕੰਮ ਕਰਦੇ ਹੈਗੇ ਆ ਅਗੇਂਸ ਕਾਦੇ ਵਿਰੁੱਧ ਅਬਿਊਜ਼ অর ਮਿਸਯੂਜ਼ ਆਫ ਪਾਵਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਾਵਰ ਹੈਗੀ ਆ ਉਹਦਾ ਅਬਿਊਜ਼ ਹੁੰਦਾ ਜਾਂ ਮਿਸਯੂਜ਼ ਹੁੰਦਾ ਕਿਹਦੇ ਦੁਆਰਾ ਗਵਰਨਮੈਂਟ ਦੁਆਰਾ ਹੁੰਦਾ ਜਾਂ ਕਿਸੇ ਇੰਡੀਵਿਜੂਅਲ ਦੁਆਰਾ ਹੁੰਦਾ ਜਾਂ ਕਿਸੇ ਗਰੁੱਪ ਦੁਆਰਾ ਹੁੰਦਾ ਠੀਕ ਹੈ ਸੋ ਇਹ ਸੀਗੀ ਇੰਟਰੋਡਕਸ਼ਨ ਕੁਛ ਵੀ ਨਾ ਸਮਝ ਲੱਗੇ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਮੈਂ ਜਰੂਰ ਰਿਪਲਾਈ ਕਰੂੰਗੀ ਐਂਡ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੇਰੇ ਇੰਸਟਾਗ੍ਰam ਅਕਾਊਂਟ ਮੈਂਸ਼ਨ ਕੀਤਾ ਹੋਇਆ ਤੁਸੀਂ ਡੀਐਮ ਕਰਕੇ ਪੁੱਛ ਸਕਦੇ ਆ ਜੇਕਰ ਤੁਹਾਨੂੰ ਕਿਸੇ ਵੀ ਨੋਟਸ ਦੀ ਕੋਈ ਵੀ ਪੀਡੀਐਫ ਚਾਹੀਦੀ ਹੋਵੇ ਸੋ ਤੁਸੀਂ ਉਹ ਵੀ ਬਾਈ ਕਰ ਸਕਦੇ ਆ ਐਂਡ ਨਰਸਿੰਗ ਕੇਅਰ ਪਲਾਨ ਤੁਸੀਂ ਵੀ ਬਾਈ ਕਰ ਸਕਦੇ ਆ ਸੋ ਇਹ ਵਾਲੇ ਆਪਣੇ ਸਮ ਰਾਈਟਸ ਹੈਗੇ ਨੇ ਸੋ ਜੋ ਰਾਈਟ ਟੂ ਪ੍ਰੋਪਰਟੀ ਹੈਗਾ ਇਹ ਹੁਣ ਕੱਟਿਆ ਗਿਆ ਹੈਗਾ ਠੀਕ ਆ ਸੋ ਆਪਣੇ 6 ਰਾਈਟ ਰਹਿ ਗਏ ਰਾਈਟ ਟੂ ਇਕੁਐਲਟੀ राइट टू फ्रीडम और लिबर्टी राइट टू फ्रीडम ऑफ रिलीजन राइट अंगेंस एक्सप्लोटेशन कल्चरल एंड एजुकेशनल राइट्स, राइट टू कॉन्स्टिट्यूशनल रेमिडीज ठीक है जो अपना फस्ट रइट हैगा राइट टू इक्ुअलिटी इन एक्सप्लेन कर दें डिस्क्रिमिनेशन ऑन द बेसिस ऑफ रिलीजन कास्ट सैक्स एक्सट्रा इज अबॉलिश ਇਸ ਦੇ ਵਿੱਚ ਕੀ ਕੀਤਾ ਗਿਆ ਸੀ ਡਿਸਕ੍ਰਿਮੀਨੇਸ਼ਨ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਸੀਗਾ ਧਰਮ ਦੇ ਆਧਾਰ ਤੇ ਕਾਸਟ ਦੇ ਆਧਾਰ ਤੇ ਮੇਲ ਫੀਮੇਲ ਦੇ ਆਧਾਰ ਤੇ ਉਹਨੂੰ ਖਤਮ ਕੀਤਾ ਗਿਆ ਇਸ ਦੇ ਅੰਡਰ ਏ ਹੁੰਦਾਗਾ 올 ਕੈਨ ਮੇਕ ਯੂਜ਼ ਆਫ ਸ਼ਾਪਸ ਪਲੇਸਿਸ ਆਫ ਰੀਕ੍ਰੀਏਸ਼ਨ ਪਲੇਸਿਸ ਆਫ ਵਰਸ਼ਿਪ ਵੈਲਸ ਐਂਡ ਰਿਵਰਸ ਸਾਰੇ ਹੀ ਜਿਹੜੇ ਇੰਡੀਵਿਜੂਅਲ ਹੈ ਗਿਆ ਜਿਹੜੀਆਂ ਸਾਂਝੀਆਂ ਦੁਕਾਨਾਂ ਠੀਕ ਹੈ ਮਨ ਰੰਜਨ ਦੇ ਸਾਧਨ ਜਿਹੜੀਆਂ ਪਲੇਸਿਸ ਹੈਗੀਆਂ ਠੀਕ ਹੈ ਕੋਈ ਗੁਰਦੁਆਰੇ ਹੈਗੇ ਨੇ ਖੂ ਰਿਵਰਸ ਨੇ ਹਨਾ ਉਹਨਾਂ ਦਾ ਸਾਰੇ ਹੀ ਯੂਜ਼ ਕਰ ਸਕਦੇ ਆ ਡਿਸਕ੍ਰਿਮੀਨੇਸ਼ਨ ਨੂੰ ਖਤਮ ਕੀਤਾ ਗਿਆ ਇਸ ਦੇ ਵਿੱਚ ਸਪੈਸ਼ਲ ਪ੍ਰੋਵੀਜ਼ਨ ਮੇ ਬੀ ਮੇਡ ਇਨ ਫੇਵਰ ਆਫ ਊਮਨ ਫੇਵਰ ਹੁੰਦਾ ਵੀ ਕਿਸੇ ਦੇ ਪੱਖ ਵਿੱਚ ਹਨਾ ਠੀਕ ਹੈ ਸੋ ਊਮਨਸ ਦੇ ਪੱਖ ਵਿੱਚ ਸਪੈਸ਼ਲ ਉਹਨਾਂ ਨੂੰ ਪ੍ਰੋਵੀਜ਼ਨ ਮਿਲੀ ਆ ਚਿਲड्रन ਚਿਲਡਰਨ ਨੂੰ ਵੀ ਸੋਸ਼ੀਅਲੀ ਐਂਡ ਐਜੂਕੇਸ਼ਨਲੀ ਬੈਕਵਰਡ ਕਲਾਸਿਸ ਆਫ ਸਿਟੀਜ਼ਨ ਜਿਹੜੇ ਸੋਸ਼ੀਅਲ ਐਂਡ ਐਜੂਕੇਸ਼ਨਲੀ ਚਿਲड्रन ਹੈਗੇ ਆ ਜਾਂ ਵੂਮਨ ਹੈਗੇ ਆ ਉਹਨਾਂ ਨੂੰ ਸਪੈਸ਼ਲ ਇਹ ਰਾਈਟ ਮਿਲਿਆ ਹੈਗਾ ਨੈਕਸਟ ਹੈਗਾ ਆ ਰਾਈਟ ਟੂ ਫਰੀडम ਸੈਕੰਡ ਰਾਈਟ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਇਸ ਦੇ ਵਿੱਚ ਆਪਾਂ ਨੂੰ ਕਿਹੜੀ ਕਿਹੜੀ ਰਾਈਟ ਹੈਗੇ ਨੇ ਸਪੀਚ ਦਾ ਬੋਲਣ ਦਾ ਅਧਿਕਾਰ ਹੈਗਾ ਐਕਸਪ੍ਰੈਸ਼ਨ ਦਾ ਹੈਗਾ ਫਰੀडम ਟੂ ਅਸੈਂਬਲ ਟੂ ਗੈਦਰ ਪੀਸ ਵਾਲੀ ਕਿਤੇ ਵੀ ਆਪਾਂ ਇਕੱਠੇ ਹੋ ਸਕਦੇ ਆ ਲਿਬਰਟੀ ਦਾ ਮਤਲਬ ਵੀ ਫਰੀडम ਹੀ ਹੁੰਦਾ ਠੀਕ ਆ ਲਿਬਰਟੀ ਟੂ ਫਾਰਮ ਗਰਪਸ ਐਂਡ ਆਰਗੇਨਾਈਜੇਸ਼ਨ ਆਪਾਂ ਨੂੰ ਇਹਦਾ ਅਧਿਕਾਰ ਹੈਗਾ ਆ ਟਿਕਿਆ ਫਰੀडम ਹੈਗੀ ਹੈ ਕਿ ਆਪਾਂ ਗਰੁੱਪ ਬਣਾ ਸਕਦੇ ਹਾਂ ਫਾਰਮ ਕਰ ਸਕਦੇ ਹਾਂ ਕੋਈ ਵੀ ਆਰਗੇਨਾਈਜੇਸ਼ਨ ਫਾਰਮ ਕਰ ਸਕਦੇ ਹਾਂ ਲਿਬਰਟੀ ਟੂ ਟਰੈਵਲ ਐਂਡ ਸਟੇ ਐਨੀਵੇਅਰ ਇਨ ਇੰਡੀਆ ਇੰਡੀਆ ਦੇ ਵਿੱਚ ਵਿੱਚ ਆਪਾਂ ਕਿਤੇ ਵੀ ਆ ਜਾ ਸਕਦੇ ਹਾਂ ਕਿਤੇ ਵੀ ਰਹਿ ਸਕਦੇ ਹਾਂ ਲਿਬਰਟੀ ਟੂ ਫਾਲੋ ਐਨੀ ਓਕੂਪੇਸ਼ਨ ਕੋਈ ਵੀ ਕਿੱਤਾ ਆਪਾਂ ਅਪਣਾ ਸਕਦੇ ਹਾਂ ਔਰ ਪ੍ਰੋਫੈਸ਼ਨ ਕੋਈ ਵੀ ਪ੍ਰੋਫੈਸ਼ਨ ਆਪਾਂ ਅਪਣਾ ਸਕਦੇ ਹਾਂ ਐਂਡ ਟੂ ਅਰਨ ਇਨਕਮ ਟੂ ਸਟਾਰਟ ਐਨੀ ਟ੍ਰੇਡ ਔਰ ਇੰਡਸਟਰੀ ਕੋਈ ਵੀ ਟ੍ਰੇਡ ਕੋਈ ਵੀ ਇੰਡਸਟਰੀ ਆਪਾਂ ਸਟਾਰਟ ਕਰ ਸਕਦੇ ਆ ਪੈਸੇ ਕਮਾਉਣ ਦੇ ਲਈ ਠੀਕ ਹੈ ਇਨਕਮ ਦੇ ਲਈ ਨੈਕਸਟ ਥਰਡ ਰਾਈਟ ਆਪਣੇ ਕੋਲੇ ਆ ਗਿਆ ਰਾਈਟ ਟੂ ਫਰੀडम ਆਫ ਰਿਲੀਜੀਅਨ ਕੋਈ ਕਿਸੇ ਵੀ ਧਰਮ ਦੇ ਪ੍ਰਤੀ ਆਪਣੇ ਕਿਹੜੇ ਕਿਹੜੇ ਅਧਿਕਾਰ ਆਪਾਂ ਨੂੰ ਮਿਲੇ ਆ ਅੰਡਰ ਥਿਸ ਰਾਈਟ ਰਿਲੀਜੀਅਸ ਫਰੀडम ਆਫ ਐਵਰੀ ਇੰਡੀਵਿਜੂਅਲ ਇਜ਼ ਰੈਕੋਗਨਾਈਜ਼ਡ ਇਸ ਰਾਈਟ ਦੇ ਅੰਡਰ ਠੀਕ ਹੈ ਹਰ ਇੱਕ ਜੋ ਇੰਡੀਵਿਜੂਅਲ ਹੈਗਾ ਹਰ ਇੱਕ ਵਿਅਕਤੀ ਹੈਗਾ ਉਹ ਕਿਸੇ ਵੀ ਧਰਮ ਨੂੰ ਅਪਣਾ ਸਕਦਾ ਠੀਕ ਹੈ ਐਂਡ ਇੰਡੀਵਿਜੂਅਲ ਇਜ਼ ਟੂ ਫ੍ਰੀ ਟੂ ਅਕਸੈਪਟ ਫ੍ਰੀ ਹੈਗਾ ਉਹ ਕਿਸੇ ਵੀ ਧਰਮ ਨੂੰ ਅਕਸੈਪਟ ਕਰਨ ਦੇ ਲਈ ਫੋਲੋ ਕਰਨ ਦੇ ਲਈ ਐਂਡ ਪ੍ਰੋਪਗੇਟ ਪ੍ਰੋਪਗੇਟ ਦਾ ਮਤਲਬ ਹੁੰਦਾ ਪ੍ਰਚਾਰ ਕਰਨਾ ਜਿਹੜਾ ਧਰਮ ਉਹਨੇ ਅਪਣਾਇਆ ਉਹਨੂੰ ਅਪਣਾ ਸਕਦਾ ਕੋਈ ਵੀ ਧਰਮ ਉਹਨੂੰ ਫੋਲੋ ਕਰ ਸਕਦਾ ਠੀਕ ਹੈ ਐਂਡ ਉਹਦਾ ਪ੍ਰਚਾਰ ਕਰ ਸਕਦਾ ਹੈਗਾ ਨੈਕਸਟ 4th ਰਾਈਟ ਹੈਗਾ ਰਾਈਟ ਅਗੇਂਸਟ ਐਕਸਪਲੋਇਟੇਸ਼ਨ ਸ਼ੋਸ਼ਣ ਦੇ ਵਿਰੁੱਧ ਐਕਸਪਲੋਇਟੇਸ਼ਨ ਦੇ ਵਿਰੁੱਧ ਆਪਾਂ ਨੂੰ ਕੀ ਰਾਈਟ ਮਿਲਿਆ ਹੈਗਾ ਇਨ ਆਰਟੀਕਲ 23 ਐਂਡ 24 ਆਰਟੀਕਲ ਸੰਵਿਧਾਨ 23 ਅਤੇ 24 ਦੇ ਦੁਆਰਾ ਠੀਕ ਹੈ ਰਾਈਟ ਅਗੇਂਸਟ ਐਕਸਪਲੋਇਟੇਸ਼ਨ ਇਜ਼ ਅਸੈਪਟਡ ਐਕਸਪਲੋਇਟੇਸ਼ਨ ਦੇ ਵਿਰੁੱਧ ਜੋ ਰਾਈਟ ਹੈਗਾ ਉਹ ਸੈਪਟ ਕੀਤਾ ਗਿਆ ਸੀਗਾ ਠੀਕ ਹੈ ਫੋਰਸ ਲੇਬਰ ਮਜਬੂਰੀ ਦੇ ਨਾਲ ਕੰਮ ਕਰਵਾਉਣਾ ਠੀਕ ਹੈ ਧੱਕੇ ਦੇ ਨਾਲ ਇਸ ਪਨਿਸ਼ੇਬਲ ਆਫੈਂਸ ਜੋ ਲੇਬਰ ਸੀਗੀ ਧੱਕੇ ਦੇ ਨਾਲ ਕਿਸੇ ਤੋਂ ਕੰਮ ਕਰਵਾਉਣਾ ਠੀਕ ਹੈ ਉਹਨੂੰ ਅਪਰਾਧ ਮੰਨਿਆ ਜਾਂਦਾ ਹੈਗਾ ਸਿਮਿਲਰਲੀ ਇਸੇ ਤਰ੍ਹਾਂ ਹੀ ਚਾਈਲਡ ਲੇਬਰ ਠੀਕ ਹੈ ਬੱਚਿਆਂ ਤੋਂ ਕੰਮ ਕਰਵਾਉਣਾ ਠੀਕ ਹੈ ਛੋਟੀ ਉਮਰ ਦੇ ਵਿੱਚ ਏਮਪਲੋਇੰਗ ਅ ਚਾਈਲਡ ਬਿਲੋ 14 ਇਅਰ 14 ਸਾਲ ਤੋਂ ਜੋ ਛੋਟਾ ਬੱਚਾ ਹੈਗਾ ਠੀਕ ਹੈ ਉਹਦੇ ਤੋਂ ਕੰਮ ਕਰਵਾਉਣਾ ਉਹਨੂੰ ਵੀ ਆਫੈਂਸ ਮੰਨਿਆ ਜਾਂਦਾ ਅਪਰਾਧ ਮੰਨਿਆ ਜਾਂਦਾ ਹੈਗਾ ਠੀਕ ਹੈ ਨੈਕਸਟ ਹੈਗਾ ਕਲਚਰਲ ਐਂਡ ਐਜੂਕੇਸ਼ਨਲ ਰਾਈਟਸ ਅੰਡਰ ਥਿਸ ਐਵਰੀ ਸਿਟੀਜ਼ਨ ਹੈਜ਼ ਰਾਈਟ ਟੂ ਪ੍ਰੀਜ਼ਰਵ ਹਿਸ ਲੈਂਗੁਏਜ ਔਰ ਕਲਚਰ ਇਸ ਦੇ ਵਿੱਚ ਕੀ ਹੈਗਾ ਕਿ ਹਰ ਇੱਕ ਸਿਟੀਜ਼ਨ ਨੂੰ ਅਧਿਕਾਰ ਹੈਗਾ ਕਿ ਉਹ ਆਪਦਾ ਜਿਹੜਾ ਕਲਚਰ ਕੋਈ ਵੀ ਅਪਣਾ ਸਕਦਾ ਕੋਈ ਵੀ ਬੋਲੀ ਬੋਲ ਸਕਦਾ ਤੇ ਉਹਨੂੰ ਬਚਾ ਸਕਦਾ ਆ ਇਨ ਆਰਟੀਕਲ 30 ਸੰਵਿਧਾਨ ਦੇ ਆਰਟੀਕਲ 30 ਦੇ ਅਕੋਰਡਿੰਗ ਮਾਈਨੋਰਟੀਜ਼ ਆਰ ਗਿਵਨ ਰਾਈਟ ਟੂ ਸਟਾਰਟ ਐਜੂਕੇਸ਼ਨਲ ਇੰਸਟੀਟਿਊਸ਼ਨ ਔਨ ਦਾ ਬੇਸਿਸ ਆਫ देयर ਰਿਲੀਜੀਅਨ ਔਰ ਲੈਂਗੁਏਜ ਮਨੋਰਟੀਜ਼ ਮਤਲਬ ਘੱਟ ਪੀਪਲ ਹੁੰਦੇ ਆ ਜਿਹੜੇ ਉਹਨਾਂ ਨੂੰ ਅਧਿਕਾਰ ਦਿੱਤਾ ਗਿਆ ਹੈਗਾ ਕੋਈ ਵੀ ਉਹ ਆਪਣੇ ਧਰਮ ਦੇ ਅਕੋਰਡਿੰਗ ਆਪਣੀ ਭਾਸ਼ਾ ਦੇ ਅਕੋਰਡਿੰਗ ਐਜੂਕੇਸ਼ਨਲ ਇੰਸਟੀਟਿਊਟ ਸਕੂਲਸ ਸਟਾਰਟ ਕਰ ਸਕਦੇ ਹੈਗੇ ਆ ਠੀਕ ਹੈ ਉਹਨਾਂ ਨੂੰ ਇਹ ਅਧਿਕਾਰ ਹੈਗਾ ਨੈਕਸਟ ਦਾ ਸਟੇਟ ਕੈਨ ਨਾਟ ਡਿਸਕ੍ਰਿਮੀਨੇਸ਼ਨ ਅਗੇਂਸਟ ਸੱਚ ਇੰਸਟੀਟਿਊਸ਼ਨ ਜਿਹੜੀ ਸਟੇਟ ਹੈਗੀ ਆ ਠੀਕ ਹੈ ਗਵਰਨਮੈਂਟ ਹੈਗੀ ਆ ਉਹ ਡਿਸਕ੍ਰਿਮੀਨੇਸ਼ਨ ਨਹੀਂ ਕਰ ਸਕਦੀ ਉਹਨਾਂ ਇੰਸਟੀਟਿਊਸ਼ਨਸ ਦੇ ਅਕੋਰਡਿੰਗ ਲਾਈਕ ਜਿੱਦਾਂ ਸਿੱਖਾਂ ਦੇ ਆਪਣੇ ਸਕੂਲ ਹੁੰਦੇ ਹੈਗੇ ਆ ਠੀਕ ਆ 크ਰਿਸਚੀਅਨਸ ਦੇ ਆਪਣੇ ਅਲੱਗ ਸਕੂਲ ਹੁੰਦੇ ਹੈਗੇ ਆ ਠੀਕ ਹੈ ਸੋ ਉਦਾਂ ਇਹ ਉਹਨਾਂ ਨੂੰ ਐਜੂਕੇਸ਼ਨਲ ਰਾਈਟ ਮਿਲਿਆ ਹੋਇਆਗਾ ਫਰੈਂਡਸ ਨੈਕਸਟ ਆ ਗਿਆ ਰਾਈਟ ਟੂ ਕਨਸਟੀਟਿਊਸ਼ਨਲ ਰੈਮਡੀਜ਼ ਠੀਕ ਹੈ ਇਫ ਦਾ ਸਟੇਟ ਇਜ਼ ਡਿਨਾਈਂਗ ਫੰਡਾਮੈਂਟਲ ਰਾਈਟਸ ਟੂ ਐਨੀ ਪਰਸਨ ਜੇਕਰ ਸਟੇਟ ਕਿਸੇ ਵੀ ਪਰਸਨ ਦੇ ਮੌਲਿਕ ਅਧਿਕਾਰ ਫੰਡਾਮੈਂਟਲ ਰਾਈਟਸ ਉਹਨਾਂ ਨੂੰ ਦਿਨੇ ਕਰਦੀ ਹੈਗੀ ਆ ਮੰਨਣ ਤੋਂ ਇਨਕਾਰ ਕਰਦੀ ਆ ਤਾਂ ਆਰਟੀਕਲ 32 ਦੇ ਅਕੋਰਡਿੰਗ ਜਿਹੜਾ ਉਹ ਪਰਸਨ ਹੈਗਾ ਜੋ ਜੁਡੀਸ਼ਰੀ ਹੈਗੀ ਆ ਠੀਕ ਹੈ ਜੱਜ ਦੇ ਕੋਲੇ ਜਾ ਕੇ ਰਿਕੁਐਸਟ ਕਰ ਸਕਦਾ ਆਪਣਾ ਕੇਸ ਦਰਜ ਕਰਵਾ ਸਕਦਾ ਆਪਦੇ ਰਾਈਟਸ ਨੂੰ ਬਚਾਉਣ ਦੇ ਲਈ ਠੀਕ ਹੈ ਨੈਕਸਟ ਹੈਗਾ ਸੋ ਇਹ ਵਾਲਾ ਰਾਈਟ ਪਹਿਲਾਂ ਸੀਗਾ ਹੁਣ ਇਹ ਕੱਟਿਆ ਗਿਆ ਹੈਗਾ ਆ ਸੋ ਇਹ ਆਪਾਂ ਨਹੀਂ ਕਰਨਾ ਨੈਕਸਟ ਅਦਰ ਰਾਈਟਸ ਕਿਹੜੇ ਹੈਗੇ ਆ ਦਾ ਕਨਸਟੀਟਿਊਸ਼ਨਲ ਆਲਸੋ Grantees Gu to every citizen of India certain political rights. These rights are given below. Right to vote, right to elected, right to join political parties, defense of the country, proper use of right to vote, the res uh, to respect the rights of others, to promote welfare, to remove all evils practiced from society. So evil is other rights. ਗਾਈਜ਼ ਜੇਕਰ ਕੁਝ ਵੀ ਨਾ ਸਮਝ ਆਇਆ ਹੋਵੇ ਠੀਕ ਹੈ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਮੈਂ ਜਰੂਰ ਰਿਪਲਾਈ ਕਰੂੰਗੀ ਸੋ ਨੈਕਸਟ ਟੌਪਿਕ ਤੁਸੀਂ ਦੱਸ ਦਿਓ ਜੇ ਮੈਂ ਕਿਹੜੇ ਟੌਪਿਕ ਦੇ ਉੱਪਰ ਵੀਡੀਓ ਅਪਲੋਡ ਕਰਾਂ ਜੇਕਰ ਤੁਹਾਨੂੰ ਮੇਰੇ ਨੋਟਸ ਪਸੰਦ ਆਏ ਤਾਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਜੇਕਰ ਨਹੀਂ ਪਸੰਦ ਆਇਆ ਤਾਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਕੋਈ ਵੀ ਕਮੀ ਪੇਸ਼ੀ ਹੋਵੇ ਮਾਫ ਕਰਿਓ ਜੀ ਠੀਕ ਹੈ ਸੋ ਅੱਜ ਲਈ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ ਥੈਂਕ ਯੂ